ਲੁਧਿਆਣਾ ਦੇ ਵਿੱਚ ਤੁਸੀਂ ਰਹਿੰਦੇ ਬਾਜੂ ਪੀਯੂਪੀ ਦੇ ਵਿੱਚ ਜਿਹੜਾ ਚੋਣਾ ਲੜੀਆਂ ਨੇ ਤੇ ਉਹ ਮੇਰੀ ਕਰਮ ਭੂਮੀ ਹੋਈ ਹੈ ਤੇ ਉੱਥੇ ਮੈਂ ਲੋਕਾਂ ਦੇ ਪਿਆਰ ਨਾਲ ਜਿੱਤਿਆ ਕਾਂਗਰਸ ਨੂੰ ਜਿਹੜੀ ਸੀਟਾਂ ਮਿਲੀਆਂ ਕੀ ਮੰਨਦੇ ਹੋ ਕਿ ਇਹ ਇੰਡੀਆ ਦੀਆਂ ਸੀਟਾਂ ਨੇ ਜਾਂ ਆਪਣੀ ਕਾਂਗਰਸ ਦੀਆਂ ਨੇ ਇਹ ਪਿਓਰ ਗਠਵੰਦਨ ਦੇ ਵਿੱਚ ਕਾਂਗਰਸ ਇੱਥੇ ਲੜੀਏ ਕਾਂਗਰਸ ਦੀਆਂ ਸੀਟਾਂ ਹੈ यूपी ਦੇ ਵਿੱਚ ਲੋਕ ਸਭਾ ਚੋਣਾਂ ਦੇ ਜੇਤੂ ਕਿਸ਼ੋਰੀ ਲਾਲ ਸ਼ਰਮਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਕਿਉਂਕਿ ਅੱਜ ਲੁਧਿਆਣਾ ਦੇ ਵਿੱਚ ਇਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਲੁਧਿਆਣਾ ਵਾਸੀਆਂ ਵੱਲੋਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਕਿਸ਼ੋਰੀ ਲਾਲ ਸ਼ਰਮਾ ਜੀ ਸਰ ਪਹਿਲਾਂ ਤਾਂ ਸਾਡਾ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਸ਼ੁਕਰੀਆ ਜੀ ਸਰ ਕਿਸ ਤਰ੍ਹਾਂ ਦੇਖਦੇ ਹੋ ਲੁਧਿਆਣਾ ਦੇ ਵਿੱਚ ਤੁਸੀਂ ਰਹਿਣ ਦੇ ਬਾਵਜੂਦ ਵੀ ਯੂਪੀ ਦੇ ਵਿੱਚ ਜਿਹੜਾ ਚੋਣਾਂ ਲੜੀਆਂ ਨੇ ਤੇ ਜਿੱਤ ਪ੍ਰਾਪਤ ਕੀਤੀ ਹੈ ਮੈਂ 40 ਸਾਲ ਤੋਂ ਉੱਥੇ ਕੰਮ ਕਰ ਰਹੇ ਹਾਂ ਮੇਠੀ ਠੀਕ ਹੈ ਮੇਠੀ ਰਾਇਬੜੀ ਸਿਸ ਕਰਕੇ ਉਹ ਮੇਰੀ ਕਰਮ ਭੂਮੀ ਉਹੀ ਹੈ ਤੇ ਉੱਥੇ ਮੈਂ ਲੋਕਾਂ ਦੇ ਪਿਆਰ ਨਾਲ ਜਿੱਤਿਆ ਠੀਕ ਹੈ ਗਾਂਧੀ ਪਰਿਵਾਰ ਦੇ ਅਸ਼ੀਰਵਾਦ ਨਾਲ ਜਿੱਤ ਕੇ ਆਇਆ ਤੁਹਾਨੂੰ ਕਿੰਦਾ ਵਿਸ਼ਵਾਸ ਸੀਗਾ ਵੀ ਲੋਕ ਤੁਹਾਨੂੰ ਚਾਹੁੰਦੇ ਨੇ ਤੇ ਤੁਹਾਨੂੰ ਜਿਤਾਉਣਗੇ 40 ਸਾਲ ਤੋਂ ਉਹਨਾਂ ਦੇ ਵਿਚੇ ਹਾਂ ਤਾਂ ਵਿਸ਼ਵਾਸ ਤਾਂ ਹੈ ਹੀ ਹੈ ਕਿ ਲੋਕਾਂ ਲਈ ਮੈਂ ਨਵਾਂ ਨਾਮ ਨਹੀਂ ਸੀਗਾ ਕਿ ਕੌਣ ਆ ਗਿਆ ਹੈ ਨਵਾਂ ਨਾਮ ਨਹੀਂ ਸੀਗਾ ਕੋਈ ਇਸ ਕਰਕੇ ਮਤਲਬ ਮੇਰਾ ਉਥੇ ਗਾਨੀ ਪਰਿਵਾਰ ਨੇ ਮੈਨੂੰ ਕਿਹਾ ਕਿ ਤੁਸੀਂ ਲੜਨਾ ਮੈਂ ਉਥੋਂ ਲੜ ਗਿਆ ਸਰ ਕਾਂਗਰਸ ਨੂੰ 99 ਸੀਟਾਂ ਮਿਲੀਆਂ ਨੇ ਤੇ ਕਾਂਗਰਸ ਨੂੰ ਜਿਹੜੀ ਸੀਟਾਂ ਮਿਲੀਆਂ ਕੀ ਮੰਨਦੇ ਹੋ ਕਿ ਇਹ ਇੰਡੀਆ ਦੀਆਂ ਸੀਟਾਂ ਨੇ ਜਾਂ ਆਪਣੀ ਕਾਂਗਰਸ ਦੀਆਂ ਸੀਟਾਂ ਨੇ ਇਹ ਗਠਵੰਧਨ ਜਿਹੜਾ ਹੈ ਨਾ ਕਾਂਗਰਸ ਦੀਆਂ ਇੰਡੀਵਿਜੁਅਲ ਸੀਟਾਂ ਜਿੱਥੇ ਕਾਂਗਰਸ ਲੜੀ ਹੈ ਇਹ ਕਾਂਗਰਸ ਦੀਆਂ ਉਹ ਸੀਟਾਂ ਹੈ ਠੀਕ ਹੈ ਮੁਸ਼ਾਇਦ 103 ਹੋ ਚੁੱਕੀ ਹੈ ਲੋਕਾਂ ਨੇ ਜੁਆਇਨ ਕਰ ਲਿਆ ਹੋਰ ਵੀ ਠੀਕ ਹੈ ਇਹ ਪਿਓਰ ਗਠਵੰਦਨ ਦੇ ਵਿੱਚ ਕਾਂਗਰਸ ਇੱਥੋਂ ਲੜੀਏ ਕਾਂਗਰਸ ਦੀਆਂ ਸੀਟਾਂ ਇੱਥੋਂ ਠੀਕ ਹੈ ਗਠਵੰਦੀਆਂ ਦੀਆਂ ਸੀਟਾਂ ਤਾਂ ਬਹੁਤ ਜ਼ਿਆਦਾ ਹੈ ਸਰ ਲੁਧਿਆਣਾ ਦੇ ਵਿੱਚ ਲੋਕਾਂ ਨੇ ਕਿਦਾਂ ਦਾ ਸਵਾਗਤ ਕੀਤਾ ਤੁਹਾਡਾ ਠੀਕ ਹੈ ਕਿਉਂਕਿ ਮੇਰੀ ਇੱਥੇ ਮੈਂ ਮਤਲਬ ਗ੍ਰੈਜੂਏਸ਼ਨ ਇੱਥੇ ਕੀਤੀ ਪੜਿਆ ਮੈਂ ਇੱਥੇ ਤੇ ਸਰ ਕੇ ਸਾਰੇ ਲੋਕ ਜਿੰਨੇ ਵੀ ਕਾਂਗਰਸ ਦੇ ਹੈ ਲੀਡਰ ਸਾਰੇ 올ਡ ਐਂਡ ਨਿਊ ਜਨਰੇਸ਼ਨ ਮੈਨੂੰ ਜਾਣਦੀ ਸੀਗੀ ਤੇ ਉਹਨਾਂ ਨੇ ਇੱਕ ਵਾਰ ਕਿਹਾ ਸੀ ਕਿ ਲੁਧਿਆਣਿਆਂ ਨੇ ਅਸੀਂ ਸਵਾਗਤ ਕਰਨਾ ਹੈ ਤੇ ਮੈਂ ਓਕੇ ਕੀਤਾ ਮੈਂ ਫਿਰ ਅੱਜ ਇਹਨਾਂ ਨੇ ਸਵਾਗਤ ਕੀਤਾ ਮੇਰਾ ਸਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਲਾਨ ਨੇ ਤੁਹਾਡੇ ਨਹੀਂ ਪਲਾਨ ਨਹੀਂ ਹੈ ਮੈਂ ਆਪਣੇ ਜੋ ਜਸਤੋਂ ਮੈਂ ਚੁਣਿਆ ਗਿਆ ਉੱਥੇ ਦਾ ਮੈਂ ਡਿਵੈਲਪਮੈਂਟ ਦਾ ਦੇਖੂਗਾ ਉੱਥੇ ਦਾ ਡੇ ਟੂ ਡੇ ਜਿਹੜਾ ਵਰਕ ਹੈ ਲੋਕਾਂ ਦਾ ਉਹ ਕਰੂੰਗਾ ਉਹ ਮੇਰੀ ਪ੍ਰਾਇਰਟੀਜ਼ ਹੈ ਸਰ ਲੋਕਾਂ ਨੂੰ ਕੀ ਮੈਸੇਜ ਲੋਕਾਂ ਨੂੰ ਮੈਸੇਜ ਇਹ ਕਿ ਤੁਸੀਂ ਆਪਣੇ ਪਿਆਰ ਭਾਈਚਾਰੇ ਨਾਲ ਰਹੋ ਇਹੀ ਮੇਰਾ ਮੈਸੇਜ ਹੈ। ਠੀਕ ਹੈ। ਥੈਂਕ ਯੂ। ਸੋ ਇਹ ਸਾਡੇ ਨਾਲ ਸੀਗੇ ਕਿਸ਼ੋਰੀ ਰਾਜ ਸ਼ਰਮਾ ਜੀ ਜੋ ਕਿ ਯੂਪੀ ਦੇ ਵਿੱਚ ਜਿਹੜਾ ਲੋਕ ਸਭਾ ਚੋਣਾਂ ਦੇ ਜੇਤੂ ਘਰਾੜ ਕੀਤੇ ਨੇ ਤੇ ਲਗਾਤਾਰ ਜਿਹੜਾ ਇਹਨਾਂ ਦੀ ਜਿਹੜਾ ਲੁਧਿਆਣਾ ਦੇ ਵਿੱਚ ਅੱਜ ਜਿਹੜਾ ਨਿੱਘਾ ਸਵਾਗਤ ਕੀਤਾ ਗਿਆ ਵਾ।